ਸਚਾਈ ਹੈ ਜਿਹੜਾ ਇਹਨੇ ਸਾਡੇ ਤੇ ਦੋਸ਼ ਲਾਇਆ ਬਿਲਕੁਲ ਬੇਬੁਨਿਆਦ ਤੇ ਝੂਠੇ ਲਗਾਏ ਆ ਕਿਉਂਕਿ ਦਲਜੀਤ ਸਿੰਘ ਦੇ ਨਾਲ ਵਿਆਹ ਦੇ ਵਿੱਚ ਪ੍ਰੋਜੈਕਟ ਅਫਸਰ ਦਰਸ਼ਨ ਕੁਮਾਰ ਦੀ ਜਿਹੜੀ ਉੱਥੇ ਗੱਲਬਾਤ ਹੋਈ ਸੀ ਕੋਈ ਉਹਦੇ ਵਿੱਚ ਦਲਜੀਤ ਸਿੰਘ ਅਤੇ ਸੋਹਣ ਸਿੰਘ ਕਾਂਸਟੇਬਲ ਦੀ ਕਾਫੀ ਸ਼ਰਾਬ ਪੀਤੀ ਹੋਈ ਸੀ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਗਾਲਾਂ ਕੱਢ ਕੇ ਜਲੀਲ ਕੀਤਾ। ਉਹ ਤੋਂ ਬਾਅਦ ਉਹਨੇ ਸਾਨੂੰ ਪਹਿਲਾਂ ਫੋਨ ਕੀਤਾ ਫਿਰ ਉਹ ਆਪ ਥਾਣੇ ਦਰਖਾਸਤ ਦੇ ਕੇ ਗਏ ਤਾਂ ਜਦੋਂ ਅਸੀਂ ਗਏ ਤਾਂ ਉੱਥੇ ਕਾਫੀ ਪਹਿਲਾਂ ਹੀ ਉਹਨਾਂ ਦੋਸਤ ਉਹਨਾਂ ਨੂੰ ਗਾਲੀ ਗਲੋਚ ਕਰ ਰਿਹਾ ਸੀ। ਹਾਲਾਂਕਿ ਉਹਨਾਂ ਦੇ ਅੰਦਰ ਵੜ ਕੇ ਵੀ ਇਹਨਾਂ ਨੇ ਦੁਆਰੀ ਚਾਰ ਦੁਆਰੀ ਦੇ ਗਲ ਦੇ ਵਿੱਚ ਵੜ ਕੇ ਵੀ ਉਹਨਾਂ ਨੂੰ ਧਮਕੀਆਂ ਮਾਰੀਆਂ ਅਤੇ ਪੱਥਰ ਇਕੱਠੇ ਕਰਕੇ ਰੱਖੇ ਹੋਏ ਸੀ ਕਿ ਜੇਕਰ ਤੂੰ ਬਾਹਰ ਨਿਕਲੇ ਤਾਂ ਤੈਨੂੰ ਅੱਜ ਅਸੀਂ ਸੋਧਣਾ ਹੈ। ਉਹ ਡਰਦਾ ਮਾਰਾ ਬਾਹਰ ਨਹੀਂ ਆਇਆ, ਉਹਨੇ ਅੰਦਰੋਂ ਹੀ ਸਾਨੂੰ ਦੁਬਾਰਾ ਫਿਰ ਫੋਨ ਮਾਰਿਆ ਸੀ ਮੌਕੇ 'ਤੇ ਗੁੱਜੇ ਦੇ ਮੌਕੇ 'ਤੇ ਇਹਨਾਂ ਨੂੰ ਲਿਆ ਕੇ ਇਹਦੀ ਕਾਫੀ ਸ਼ਰਾਬ ਪੀਤੀ ਉਹਦੀ ਸੋਹਣ ਸਿੰਘ ਮੌਕਾ ਤੋਂ ਉਪਰਾਰ ਹੋ ਗਿਆ ਅਤੇ ਇਹਦਾ ਲਿਆ ਕੇ ਅਸੀਂ SHO ਸਾਹਿਬ ਦੇ ਹੁਕਮ ਨਾਲ ਸਿਵਲ ਹਸਪਤਾਲ ਰੋਪੜ ਤੋਂ ਡਾਕਟਰੀ ਬਣਾ ਕਰਾ ਕੇ ਥਾਣੇ ਲਿਆਂਦਾ। ਥਾਣੇ ਲਿਆਉਣ ਤੋਂ ਬਾਅਦ 5-6 ਵਜੇ ਦੇ ਕਰੀਬ ਇਹਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਪੋਰਟ ਕਰਤਾ ਕਿ ਸਵੇਰੇ 10 ਵਜੇ ਇਹਨਾਂ ਨੂੰ ਥਾਣੇ ਲੱਗਿਆ। ਦਰਸ਼ਨ ਸਿੰਘ ਨੂੰ ਵੀ ਕਹਿ ਦਿੱਤਾ, ਦਰਸ਼ਨ ਸਿੰਘ ਦਾ ਅੱਜ ਸੁਬਾਹ ਟੈਲੀਫੋਨ ਆਇਆ ਸੀ ਕਿ ਮੈਂ 11:30 ਵਜੇ ਤੱਕ ਥਾਣਾ ਹਾਜ਼ਰ ਹੋਊਂਗਾ ਡਿਊਟੀ ਦੇ ਦੌਰਾਨ। ਮੇਰੀ ਡਿਊਟੀ ਹੈਗੀ ਮੈਂ 11:30। ਜਿਹੜੇ ਆਰੋਪ ਲਾਏ ਜੀ, ਮੇਰੀ ਦਾੜੀ ਪੱਟੀ ਆ, ਪੱਗ ਤਾਰੀ ਆ, ਜਿਹੜੇ ਬੂਟ ਮਾਰੇ ਆ, ਪਾਣੀ ਨਹੀਂ ਪਿਲਾਇਆ, ਜਿਹੜੇ ਆਰੋਪ ਲਾਏ ਆ, ਪਾਣੀ ਇਹਨੂੰ 3 ਵਾਰ ਪਿਲਾਇਆ, ਇਹਨੂੰ ਚਾਪਾਈ ਦਿੱਤੀ, ਇਹਨੂੰ ਪੱਖੇ 'ਤੇ ਪਾਇਆ ਗਿਆ, ਘਰ ਨਾਲੋਂ ਵੀ ਵੱਧ ਸੇਵਾ ਕੀਤੀ ਗਈ ਕਿਉਂਕਿ ਸਾਡਾ ਜੀ ਮੁਲਾਜ਼ਮ ਪਾਈ ਸੀ। ਇਸ ਕਰਕੇ ਅਸੀਂ ਇਹਦੀ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਆ। ਇਹ ਸਾਡੇ 'ਤੇ ਬਹੁਤ ਜ਼ਿਆਦਾ ਗਲਤ ਇਲਜ਼ਾਮ ਲਾ ਰਿਹਾ, ਜਿਹੜੀਆਂ ਇਹਦੀਆਂ ਕਹਿੰਦਾ ਮੇਰੇ ਸੱਟਾਂ ਵਾਲੀਆਂ, ਇਹ ਸੱਟਾਂ ਇਹਦੇ ਸ਼ਰਾਬ ਪੀਤੀ ਹੋਈ ਨਸ਼ੇ ਦੇ ਵਿੱਚ ਡਿੱਗਣ ਕਰਕੇ ਕਿਤੇ ਲੱਗੀਆਂ ਹੋਣਗੀਆਂ। ਸਾਡੇ ਵੱਲੋਂ ਕੋਈ ਵੀ ਇਹਨੂੰ ਕੁੱਟਮਾਰ ਨਹੀਂ ਕੀਤੀ, ਨਾ ਕੋਈ ਅਸੀਂ ਸੱਟ ਮਾਰੀ। ਆਪਣਾ ਕਿਹੜੇ ਡਿਪਾਰਟਮੈਂਟ ਤੋਂ ਕੀ ਹੋਇਆ ਤੁਹਾਡੇ ਨਾਲ? ਮੈਂ ਸਰ ਐਜ ਏ ਐਸ ਪੀ ਦਲਜੀਤ ਸਿੰਘ ਨਾਮ ਮੇਰਾ, ਮੈਂ ਐਜ ਏ PSO ਡੀ ਸੀ ਨਾਲ ਤਨਾਤ ਹਾਂ ਰੋਪੜ। ਰਾਤੀ ਅਸੀਂ ਵਿਆਹ 'ਚ ਗਏ ਸੀਗੇ ਮਨਪ੍ਰੀਤ ਦੇ ਭਰਾ ਦੇ 82 ਨੰਬਰ। ਉੱਥੇ ਦਰਸ਼ਨ ਕੁਮਾਰ ਸਾਡਾ ਪਹਿਲਾਂ PA ਰਿਹਾ, ਅੱਜ ਕੱਲ੍ਹ ADCG ਦਫ਼ਤਰ APU ਆ। ਉਹਦੇ ਨਾਲ ਹੀ ਇੱਕ ਮੇਰਾ ASI ਇੱਕ ਨਾਲ ਹੌਲਦਾਰ ਨਾਲ ਸੀਗੇ। ਇਹਨਾਂ ਦੀ ਸ਼ਾਇਦ ਇਹੀ ਮੈਨੂੰ ਕਹਿੰਦੇ ਤੂੰ ਕੰਜਰ, ਤੂੰ ਗਦਾਰ ਆ ਗਿਆ, ਫੜ ਲਓ ਗੱਡੀ, ਕੱਢ ਲਓ ਮੈਨੂੰ, ਅੱਜ ਮੌਕਾ ਮਿਲ ਗਿਆ ਸਾਨੂੰ, ਚਲੋ ਜੀ ਕਹਿ ਕੇ ਭੱਜ ਗਏ। ਪੁਲਿਸ ਬੁਲਾ ਲਈ, ਪੁਲਿਸ ਆਉਂਦੀ ਸਾਰੇ ਮੇਰੇ ਬਹਿ ਗਈ, ਮੇਰੇ ਦੇਹ ਮੁੱਕਾ ਦੇਹ ਘਸੋਣ ਬੂਟ ਮੇਰੇ ਮਾਰੇ, ਉਹਦੇ ਬੂਟ ਜੁੱਤੀਆਂ ਮਾਰੀਆਂ, ਵਰਦੀ ਵਾਲੀਆਂ, ਸਿਰ ਮੇਰਾ ਸਿਰ ਭੰਨਤਾ, ਪੱਗ ਮੇਰੀ ਤਾਰਤੀ, ਦਾੜੀ ਮੇਰੀ ਪੜਤੀ, ਆਹ ਦੇਖੋ ਨਹੀਂ ਪਈ ਆ, ਮੇਰੀ ਡੋਰੀ ਵੀ ਨਹੀਂ ਮਿਲੀ ਹੁਣ ਤੱਕ, ਮੈਂ ਵੀ ਜੀ ਦਾੜੀ ਰੱਖ ਕੇ ਡੋਰੀ ਪਾਉਂਦਾ। ਉਸ ਤੋਂ ਬਾਅਦ ਕੀ ਹੋਇਆ ਜਦੋਂ ਪੁਲਿਸ ਵਾਲੇ? ਮੇਰੀ ਗੱਡੀ ਲਈ ਨਾ ਕੋਲ ਆ ਜੀ, ਮੇਰਾ ਫੋਨ ਕੋਲ ਆ, ਮੈਨੂੰ ਆਪਣੀ ਗੱਡੀ ਬਿਠਾ ਕੇ ਸਿੱਧੀ ਥਾਣੇ ਲੈ ਗਏ, ਹਵਾਲਾ ਬੰਦ ਕਰ, ਮੈਨੂੰ ਪਾਣੀ ਨਹੀਂ ਪਿਲਾਇਆ ਗਿਆ। 2:30-2:30 ਮੇਰਾ ਮੂੰਹ ਸੁੱਕਣ ਲੱਗਿਆ, ਗਲ ਬੈਠ ਗਿਆ, ਫਿਰ ਪਾਣੀ ਦਿੱਤਾ, ਗੰਦਾ ਪਾਣੀ। ਮੈਂ ਕਿਹਾ ਸ਼ਰਮ ਕਰੋ ਯਾਰ, ਮੈਂ ਮੁਲਾਜ਼ਮ ਹਾਂ ਤੁਹਾਡਾ, ਮੈਂ ਵੀ ਇਸ ਟਾਈਮ ਪਰ ਤੂੰ ਕੰਜਰ ਆ, ਤੂੰ ਗਦਾਰ ਆ, ਪਤਾ ਨਹੀਂ ਕਿਆ ਉਹਦੀ ਸਿਹਤ ਹੋਇਆ। ਤੜਕੇ 4 ਵਜੇ ਫਿਰ ਮੇਰੇ ਘਰ ਦੇ ਬੁਲਾ ਦਿੱਤੇ, ਮੰਮੀ ਡੈਡੀ ਭਰਾ ਸਾਰੇ ਆ ਗਏ, ਕਹਿੰਦੇ ਲੈ ਜਾਓ ਆਪਣੇ ਕੰਜਰ ਨੂੰ, ਲੈ ਜਾਓ ਲੈ ਜਾਓ ਕੰਜਰ ਨੂੰ। ਮੈਂ ਕਿਹਾ ਮੈਂ ਨਹੀਂ ਜਾਣਾ, ਮੇਰੇ ਫੋਨ ਖਿੱਚੋ, ਨਹੀਂ ਖਿੱਚਦੇ ਇਸ ਨੇ ਫੋਨ ਖਿੱਚਣੀ ਦਿੱਤੀ, ਨਹੀਂ ਖਿੱਚਦੀ, ਮੈਂ ਹਫ਼ਤੇ ਬੈਠਾ ਤਾਂ ਮੈਨੂੰ ਪਤਾ ਮੈਂ ਗਲਤ ਨਹੀਂ ਹੈ। ਹੁਣ ਕੀ ਮੰਗ ਕਰਦੇ ਹੋ? ਮੈਂ ਮੰਗ ਕਰਦਾ ਵੀਰ ਜੀ ਇਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ASI ਦੇ ਖਿਲਾਫ਼, ਅੱਜ ਦੇ ਸਟਾਫ ਦੇ ਖਿਲਾਫ਼, ਦੇ ਰਾਤ ਡਿਊਟੀ ਤੇ 20-30 ਰਾਤ ਨੂੰ। ਇੱਕ ਪੁਲਿਸ ਜਿਹੜਾ ASI ਦੀ ਮਾਰ ਕਟਾਈ ਕਰਨਾ, ਕੀ ਸਮਝਦੇ ਇਸ ਨੂੰ ਲੈ ਕੇ, ਕਿੱਦਾਂ ਦਾ ਕਾਨੂੰਨ ਪੰਜਾਬ 'ਚ ਚੱਲ ਰਿਹਾ? ਦੇਖੋ ਬਾੜ ਬਾੜ ਨੂੰ ਖਾਣ ਲੱਗ, ਇੱਕ ਥਾਣੇ ਥਾਣੇ ਕੁੱਟਣ ਲੱਗ ਗਿਆ, ਦੱਸੋ ਕਿਤੇ ਕਾਨੂੰਨ ਬਣਿਆ? ਦੱਸੋ ਮੇਰੇ ਖਿਲਾਫ਼ ਕਿਆ ਪਤਾ ਕੀਤਾ ਨਾ, ਜੇ ਮੈਂ ਗਲਤ ਤਾਂ ਮੇਰੇ ਖਿਲਾਫ਼ ਕਿਆ ਪਤਾ ਕੀਤਾ, ਮੇਰਾ ਮੈਂ ਕਿਉਂ ਕਰਾਇਆ ਗਿਆ, ਜੋ ਦਰਦ ਮੈਂ ਮੈਂ ਕਰਾਉਂਦਾ ਮੇਰਾ ਕੇ ਆਈ। ਅੱਜ ਮੈਂ ਦਾਖਲ ਹਾਂ, ਮੇਰੇ ਸਿਰ ਦੁੱਖ ਰਿਹਾ, ਮੇਰੇ ਜੁੱਤੇ ਮਾਰੇ, ਸਿਰ ਪੜਤਾ। ਇੱਕ ASI ਦੀ ਕੁੱਟਮਾਰ ਕੀਤੀ ਗਈ, ਆਮ ਪਬਲਿਕ ਨਾਲ ਕਿੱਦਾਂ ਕੀ ਹੁੰਦਾ ਹੋਊਗਾ? ਦੇਖੋ ਮੇਰੇ ਨਾਲ ਹੋਈ ਆ, ਮੈਂ ਕਿਉਂ ਇੱਥੇ ਦਾਖਲ ਹੋਇਆ, ਮੇਰੀ ਛਾਤੀ ਦਰਦ ਕਰੀ ਸਕਦਾ, ਅਗਰ ਮੈਂ ਨਾ ਹੁੰਦਾ ਕੱਲ੍ਹ ਨੂੰ ਕਿਸੇ ਨੂੰ ਹੋਰ ਕੁੱਟਦੇ, ਆਮ ਪਬਲਿਕ ਕੁੱਟਦੇ, ਸਿਵਲ ਬੰਦੇ ਦਾ ਕਿਆ ਨੌਲੇਜ ਨਹੀਂ ਹੈ, ਮੈਨੂੰ ਨੌਲੇਜ ਹੈਗੀ ਸੀ, ਮੈਂ ਤਾਂ ਦਾਖਲ ਹੋਇਆ, ਇਹਨਾਂ ਖਿਲਾਫ਼ ਕਾਨੂੰਨੀ ਗੱਲ ਕੀਤੀ ਜਾਵੇ। ਮੈਂ ਪ੍ਰਸ਼ਾਸਨ ਮੰਗ ਕਰਦਾ, SSP ਸਾਹਿਬ ਤੋਂ, DC ਸਾਹਿਬ ਤੋਂ।